ਆਪਨੇ ਫਰਮਾਇਆ ਹਾਂ ਮੇਰੇ ਬਚਪਨ ਦਾ ਯਾਰ ਕੁਰੈਸ਼ੀਆਂ ਦੇ ਸਰਦਾਰ ਦਾ ਪੁੱਤਰ ਹੈ, ਕਾਬੇ ਦੇ ਮਾਤਾ ਵੱਲੀ ਦਾ ਪੁੱਤਰ ਆਏ। ਉਹਦੀ ਸੂਰਤ ਵੀ ਸੋਹਣੀ ਹੈ, ਸੀਰਤ ਵੀ ਸੋਹਣੀ ਹੈ, ਪਾਦਰੀ ਦੀਆਂ ਚੀਖਾਂ ਨਿਕਲ ਗਈਆਂ। ਕਹਿਣ ਲੱਗਾ ਅਬੂ ਬਕਰ ਤੂੰ ਕਹਿਣਾ ਤੈਨੂੰ ਮੈਂ ਕਿਵੇਂ ਜਾਣਨਾ। ਕਹਿਣ ਲੱਗਾ ਰੱਬੇ ਕਾਬਾ ਦੀ ਕਸਮ ਹੈ, ਅੱਲਾ ਨੇ ਆਸਮਾਨ ਜ਼ਮੀਨ ਉੱਤੇ ਕਿੰਨੀਆਂ ਕਿਤਾਬਾਂ ਨਾਜ਼ਲ ਕੀਤੀਆਂ ਨੇ, ਉਹਨਾਂ ਕਿਤਾਬਾਂ ਦੇ ਅੰਦਰ ਜਿੱਥੇ ਜਿੱਥੇ ਮੁਹੰਮਦ ਦਾ ਨਾਮ ਲਿਖਿਆ ਉਹਨਾਂ ਵੀ ਤੇਰਾ ਨਾਮ ਲਿਖਿਆ। ਯਾਦ ਰੱਖਿਓ ਇਸ਼ਕ ਦਾ ਕਾਨੂੰਨ ਆਉਂਦਾ, ਯਾਰ ਦਾ ਯਾਰ ਵੀ ਯਾਰ ਹੁੰਦਾ, ਯਾਰ ਦਾ ਯਾਰ ਵੀ ਜਿਹੜਾ ਨਬੀ ਦੇ ਯਾਰ ਦਾ ਯਾਰ ਹੈ ਉਹ ਬੋਲੇ ਸੁਭਾਨ ਅੱਲਾਹ। ਜਿਹੜਾ ਨਬੀ ਦੇ ਨਾਲ ਜਿਹੜਾ ਨਾਲ ਇਹਦੀ ਗੱਲ ਸੁਣਾ ਦੇ ਨਾਲ ਉਹ ਸਾਡੇ ਫੈਸਲਾ ਬਾਅਦ ਇੱਕ ਬਹੁਤ ਬੜੇ ਖਤੀਬ ਗੁਜ਼ਰੇ ਨੇ ਹਜ਼ਰਤ ਅੱਲਾਮਾ ਮੌਲਾਨਾ ਪੀਰ ਸੈਯਦ ਇਫਤਿਖਾਰੁਲ ਹਸਨ ਸ਼ਾਹ ਜ਼ੈਦੀ ਰਹਿਮਤੁਲਾਹ ਅਲੈਹ। ਆਪ ਫਰਮਾਤੇ ਨੇ ਮੈਂ ਇੱਕ ਦਿਨ ਟ੍ਰੇਨ ਚ ਸਫ਼ਰ ਕਰ ਰਿਹਾ ਤੇ ਟਿਕਟ ਲੈਣਾ ਭੁੱਲ ਗਿਆ। ਆਪ ਫਰਮਾਤੇ ਨੇ ਜਦੋਂ ਟ੍ਰੇਨ ਤੁਰੀ ਨਾ ਤੇ ਮੈਂ ਦੇਖਿਆ ਕਿ ਚੈੱਕਰ ਟਿਕਟ ਚੈੱਕ ਕਰਨ ਵਾਸਤੇ ਆ ਰਿਹਾ ਤੇ ਮੈਂ ਘਬਰਾ ਗਿਆ ਕਿ ਮੈਂ ਤਾਂ ਟਿਕਟ ਲੈਣਾ ਭੁੱਲ ਗਿਆ, ਯਾ ਤੇ ਮੈਨੂੰ 11 ਗੁਣਾ ਜੁਰਮਾਨਾ ਕਰੇਗਾ ਜਾਂ ਅਗਲੇ ਸਟੇਸ਼ਨ ਤੇ ਉਤਾਰ ਦੇਵੇਗਾ ਤੇ ਯਾ ਮੈਨੂੰ ਗ੍ਰਿਫਤਾਰ ਕਰ ਲਵੇਗਾ। ਫਰਮਾਤੇ ਨੇ ਮੈਂ ਘਬਰਾਹਟ ਦੇ ਆਲਮ ਚ ਇਸ ਤਰ੍ਹਾਂ ਕਰਕੇ ਟ੍ਰੇਨ ਦੇ ਡੱਬੇ ਚ ਛਾਤੀ ਮਾਰੀ ਤੇ ਉਹ ਸਾਹਮਣੇ ਇੱਕ ਬੜਾ ਸੋਹਣਾ ਜਿਹਾ ਬਾਬਾ ਬੈਠਾ ਤੇ ਬਾਬਾ ਕੌਣ ਹੈ? ਤਾਜਦਾਰੇ ਚੂਰਾ ਸ਼ਰੀਫ ਮੇਰੇ ਮੁਰਸ਼ਿਦ ਕਾਮਿਲ ਬਾਬਾ ਜੀ ਹਜ਼ੂਰ ਦੇ ਦਾਦਾ ਜਾਨ ਹਜ਼ਰਤ ਕੁਤਬੁਲ ਆਲਮੀਨ ਹਜ਼ਰਤ ਬਾਬਾ ਜੀ ਪੀਰ ਸੈਯਦ ਹੈਦਰ ਸ਼ਾਹ ਬਾਦਸ਼ਾਹ ਰਹਿਮਤੁਲਲਾਹ ਅਲੈਹ ਬੈਠੇ ਤੇ ਨਾਲ ਦੀ ਸੀਟ ਤੇ ਆਪ ਦਾ ਖਾਦਮ ਬੈਠਾ। ਚੈੱਕਰ ਆ ਕੇ ਕਹਿੰਦਾ ਮੌਲਵੀ ਜੀ ਟਿਕਟ ਤੇ ਆਪ ਇਸ਼ਾਰਾ ਕਰਕੇ ਫਰਮਾਉਂਦੇ ਨੇ ਮੈਂ ਉਹਨਾਂ ਨਾਲ ਆ ਸੁਭਾਨ ਅੱਲਾਹ ਮੈਂ ਬਾਬਾ ਜੀ ਕੋਲ ਚਲਾ ਗਿਆ। ਮੈਂ ਆਖਿਆ ਬਾਬਾ ਜੀ ਬੰਦੇ ਤੁਸੀਂ 200 ਤੇ ਟਿਕਟਾਂ 3 ਕਿਉਂ ਲਈਆਂ? ਬਾਬਾ ਜੀ ਹੱਸ ਕੇ ਫਰਮਾਉਂਦੇ ਜਿਹਨੂੰ ਕੁਰਾਨ ਫਰਮਾਇਆ ਵੱਲਦੀਨਾ ਮਾ ਹੋ ਜਿਹੜਾ ਨਬੀ ਦੇ ਨਾਲ ਜਿਹੜਾ ਹੈ ਹੀ ਨਬੀ ਦੇ ਨਾਲ ਪਾਦਰੀ ਕਹਿਣ ਲੱਗਾ ਆਸਮਾਨ ਤੋਂ ਅੱਲਾ ਨੇ ਜ਼ਮੀਨ ਤੇ ਜਿੱਥੇ ਕਿਤਾਬਾਂ ਉਤਾਰੀਆਂ ਜਿੱਥੇ ਜਿੱਥੇ ਮੁਹੰਮਦ ਦਾ ਨਾਮ ਲਿਖਿਆ ਨਾਲ ਤੇਰਾ ਨਾਮ ਲਿਖਿਆ। ਇਜਾਜ਼ਤ ਦਿਓ ਮੈਂ ਇਹਦੇ ਤੇ ਕੁਰਾਨ ਪੜ੍ਹਾ ਸਕਦਾ।
ਤੁਸੀਂ ਨਹੀਂ ਬੋਲੇ ਨਹੀਂ ਤੇ ਪੜ ਮੈਂ ਦੇਣਾ ਸੀ। ਕਈ ਵੇਲੇ ਸ਼ਾਇਦ ਕਰੋ ਸਦਾ ਕਰਕੇ ਅੰਦਰ ਆ ਮੌਲਵੀ ਢਿੱਲ ਲਾ ਲੈ, ਮੈਂ ਨਹੀਂ ਬੋਲਣਾ। ਮੈਨੂੰ 24 ਸਾਲ ਹੋ ਗਏ ਨੇ ਖਿਤਾਬਤ ਕਰਦੇ ਨੇ, 24 ਸਾਲਾਂ ਚ ਮੈਂ ਏਸ਼ੀਆ, ਅਰਬ, ਇੰਗਲੈਂਡ, ਯੂਕੇ, ਯੂਰਪ ਸਾਰਾ ਫਿਰ ਕੇ ਵੇਖ ਲਿਆ। ਉਹਨਾਂ ਬੇਲੀਆਂ ਨੂੰ ਮੈਂ ਨਹੀਂ ਬੁਲਾ ਸਕਿਆ ਭਾਈ, ਜਿਹੜੇ ਬਗੈਰ ਸਲਾਹ ਦੇ ਆਏ ਇੱਕ ਵਾਰੀ ਸੁਭਾਨ ਅੱਲਾ ਕਹੀਏ ਤੇ ਜੰਨਤ ਚ ਇੱਕ ਦਰਖਤ ਲੱਗਦਾ ਹੈ। ਅੱਜ ਇਹਨੀ ਸੁਭਾਨ ਅੱਲਾ ਬੋਲ ਕੇ ਡਰ ਜਾਓ, ਪਤਾ ਲੱਗੇ ਮੈਂ ਜੰਨਤ ਚ ਬਾਗ ਲਗਾ ਲਿਆ। ਲਾਹੌਰ ਬਹਿ ਗਿਆ ਟਾਊਨ ਚ, ਜਿਹਦਾ 10 ਮਰਲੇ ਦਾ ਫਲਾਟ ਹੋਵੇ ਨਾ, ਉਹਨੂੰ ਰਾਤ ਨੀਂਦ ਨਹੀਂ ਆਉਂਦੀ ਕਿ ਮੈਂ ਕਰੋੜਾ ਪਤੀ ਆ, ਮੈਂ ਇੰਨਾ ਅਮੀਰ ਆ। ਉਹ ਕਿੰਨਾ ਕੁ ਅਮੀਰ ਹੋਵੇਗਾ ਉਹ ਜਿਹਦਾ ਜੰਨਤ ਚ ਬਾਗ ਲਗਾ ਹੋਵੇ, ਆਪਣਾ ਆਪਣਾ ਬਾਗ ਲਗਾਓ ਤੇ ਚਾ ਬੋਲੋ ਸੁਭਾਨ ਅੱਲਾ। ਅਜੇ ਤੇ ਮੈਂ ਸ਼ੁਰੂ ਵੀ ਨਹੀਂ ਹੋਇਆ, ਅਜੇ ਤੇ ਸ਼ੁਰੂ ਹੋ ਰਿਹਾ ਮੈਂ। ਉਹਨਾਂ ਦਾ ਰੰਗ ਉੜ ਗਿਆ ਕਿ ਲੱਗਦਾ ਸੀ ਸਾਹਿਬ ਅਜੇ ਪਾ ਕੇ ਨਹੀਂ ਨਹੀਂ ਮੈਂ ਜਲਦੀ ਜਾਨ ਛੱਡ ਦੇਵਾਂਗਾ, ਬੰਦੇ ਫਿਰ ਵੀ ਮੱਥੇ ਲੱਗਣਾ ਗ੍ਰਾਮੀ ਕਦਰ। ਅੱਲਾ ਨੇ ਕੁਰਾਨ ਵਿੱਚ ਫਰਮਾਇਆ ਕਿ ਪਿਛਲੀਆਂ ਕਿਤਾਬਾਂ ਵਿੱਚ ਜਿੱਥੇ ਜਿੱਥੇ ਮੁਹੰਮਦ ਦਾ ਨਾਂ ਸੀ, ਸੁਣੋ ਕੁਰਾਨ ਅੱਲਾ ਦੀ ਰਿਜਾਤ ਫਰਮਾਇਆ, ਅਲਦੀਨ ਯਤਬਿਉਨ ਰਸੂਲ ਅਨਬੀ ਅਲ ਉਮੀ ਅਲਦੀ ਯਜਦੂਨਹੁ ਮਕਤੂਬਨ ਇਨਦਹੁ ਫਿਤਮਰਾਤਿ ਬਲ ਇਨਜੀ। ਜਿੱਥੇ ਜਿੱਥੇ ਮੁਹੰਮਦ ਦਾ ਨਾਮ ਲਿਖਿਆ, ਨਾਲ ਹੀ ਤੇਰਾ ਨਾਮ ਲਿਖਿਆ, ਆਪ ਹੈਰਾਨ ਹੋ ਗਏ। ਫਰਮਾਇਆ ਪਾਪਾ ਕਿਵੇਂ ਦੀਆਂ ਗੱਲਾਂ ਫੇਰ ਕਰਨਾ, ਕਹਿਣ ਲੱਗਾ ਅਬੂ ਬਕਰ ਯਾਰ ਇਹਨਾਂ ਕਿਤਾਬਾਂ ਦੇ ਅੰਦਰ ਲਿਖਿਆ ਏ, ਉਹ ਜਿਹੜਾ ਤੇਰਾ ਯਾਰ ਮੁਹੰਮਦ ਹੈ ਉਹ ਅੱਲਾ ਦਾ ਆਖਰੀ ਨਬੀ ਆਵੇਗਾ, ਉਹ ਆਖਰੀ ਨਬੀ ਦਾ ਪਹਿਲਾ ਖਲੀਫਾ ਆਵੇ। ਉਹ ਨਬੀ ਆਖਰੀ, ਤੂੰ ਖਲੀਫਾ ਪਹਿਲਾ। ਗੱਲ ਸੁਣਾਵਾਂ ਜਾ ਕੋ ਸੁਭਾਨ ਅੱਲਾ, ਸੁਭਾਨ ਅੱਲਾ। ਨਬੀ ਕਰੀਮ ਅਲੈਹ ਸਲਾਮ ਇੱਕ ਦਿਨ ਬੈਠੇ ਤੇ ਪੇਂਡੂ ਮੇਰੇ ਨਬੀ ਨੂੰ ਮਿਲਣ ਆਇਆ, ਉੱਥੇ ਪੇਂਡੂ ਕਰਨਾ ਛੋਟਾ ਜਿਹਾ ਊਂਟ ਦਾ ਬੱਚਾ ਸੀ। ਕਿਤਾਬ ਉਲ ਫਿਤਨ ਦੇ ਅੰਦਰ ਹਦੀਸ ਹੈ ਪਾ ਕੇ ਜਦੋਂ ਉਹ ਪਿੰਡ ਉੱਠ ਕੇ ਟੁਰਿਆ ਨਾ, ਤੇ ਨਬੀ ਕਰੀਮ ਨੇ ਫਰਮਾਇਆ ਊਂਟ ਵੇਚਣਾ ਹੈ, ਲਗਾ ਖਰੀਦ ਲਓ। ਹਜ਼ੂਰ ਨੇ ਗ੍ਰਾਮ ਮੁੱਲ ਤੈਅ ਕਰਕੇ ਪੈਸੇ ਦਾ ਫਰਮਾਇਆ ਕਿ ਪੈਸੇ ਕੰਨ ਆ ਕੇ ਲੈ ਜਾਈਂ ਤੇ ਊਂਟ ਛੋੜ ਜਾ। ਉਹਨੇ ਊਂਟ ਛੋੜਿਆ ਤੇ ਬਾਹਰ ਨਿਕਲਿਆ ਤੇ ਉਹ ਸਾਹਮਣੇ ਗਲੀ ਵਿੱਚ ਮੌਲਾ ਕਾਇਨਾਤ ਸਦਰੇ ਬਦਲੇ ਵਿਲਾਇਤ ਅਸਦੁੱਲਾਹ ਅਲ ਗਾਲਿਬ ਗਾਲਿਬ ਅਲਾ ਗਾਲਿਬ ਹਜ਼ਰਤ ਮੌਲਾ ਅਲੀ ਇਬਨ ਅਬੀ ਤਾਲਿਬ ਸੁਭਾਨ ਅੱਲਾਹ। ਮੌਲਾ ਅਲੀ ਆ ਰਹੇ, ਮੌਲਾ ਅਲੀ ਨੂੰ ਮਿਲੇ, ਪਿਆਰ ਕੀਤਾ, ਪਿਆਰ ਕਰਕੇ ਫਰਮਾ ਕਿੱਧਰ ਆਇਆ? ਸੋਚਿਆ ਲੱਗਾ ਨਬੀ ਪਾਕ ਦੀ ਜ਼ਿਆਰਤ ਕਰਨ ਆਇਆ ਸਾਂ ਤੇ ਮੈਂ ਕੱਲ ਫੇਰ ਆਉਣਾ। ਮੌਲਾ ਅਲੀ ਨੇ ਫਰਮਾ ਤੇਰੇ ਤੇ ਪਿੰਡ ਮਦੀਨੇ ਤੋਂ ਬੜੀ ਦੂਰ ਹੈ ਤੇ ਕੱਲ ਕਿਉਂ ਆਉਣਾ? ਉਹਨੇ ਅੱਜ ਕੀਤੀ, ਯਾ ਹਜ਼ੂਰ ਅਸਲ ਚ ਨਾ ਕਬਰੀ ਵਾਲੇ ਊਂਟ ਖਰੀਦ ਲਿਆ ਤੇ ਨਬੀ ਪਾਕ ਨੇ ਫਰਮਾ ਪੈਸੇ ਉਧਾਰ ਕਰ ਲਏ ਤੇ ਕੱਲ ਆ ਕੇ ਲੈ ਜਾ। ਉਹ ਵੀ ਅਲੀ ਸੁਭਾਨ ਅੱਲਾ। ਮੌਲਾ ਅਲੀ ਨੂੰ ਫੜ ਕੇ ਨਾ ਉਹ ਥੜੇ ਤੇ ਬਿਠਾ ਲਿਆ ਤੇ ਬਿਠਾ ਕੇ ਫਰਮਾ ਨੇ, ਹੈ ਤੂੰ ਤੇ ਮੇਰਾ ਯਾਰ ਹੈ, ਫਰਮਾ ਹੈ ਤੇ ਤੂੰ ਮੇਰਾ ਯਾਰ ਹੈ ਪਰ ਤੂੰ ਬੜਾ ਹੀ ਨਾ ਪਿੰਡੂ ਹੀ ਸਾਦਾ ਹੀ। ਉਹਨੇ ਆਖਿਆ ਜੀ ਕੀ ਹੋਇਆ?
ਫਰਮਾਇਆ ਜਾ ਕਰਨੀ ਵਾਲੇ ਨੂੰ ਪੁੱਛ ਕੇ ਆ ਕਿ ਯਾਰ ਰਸੂਲ ਅੱਲਾ ਮੈਂ ਕੱਲ ਬੜਾ ਸਫ਼ਰ ਕਰਕੇ ਆਉਣਾ ਹੈ ਤੇ ਯਾਰ ਰਸੂਲ ਅੱਲਾ ਜੇ ਮੈਂ ਕੱਲ ਆਇਆ ਤੇ ਤੁਸੀਂ ਦੁਨੀਆਂ ਤੋਂ ਤੁਰ ਗਏ ਪਰਦਾ ਕਰਕੇ ਫੌਤ ਹੋ ਗਏ ਤੇ ਯਾਰ ਰਸੂਲ ਅੱਲਾ ਕੱਲ ਮੇਰੀ ਤੁਹਾਡੀ ਮੁਲਾਕਾਤ ਨਾ ਹੋਈ ਤੇ ਮੇਰੇ ਤੇ ਪੈਸੇ ਮਰ ਗਏ ਉਹਨੇ ਆਖਿਆ ਜੀ ਕੀ ਕਰਾਂ ਫਰਮਾ ਪੁੱਛ ਕੇ ਆ ਮੇਰੇ ਪੈਸਿਆਂ ਦਾ ਕੀ ਬਣੇਗਾ ਤੁਸੀਂ ਦੁਬਾਰਾ ਨਾ ਕਰ ਜਾ ਨਬੀ ਪਾਕ ਦੇ ਕੋਲ ਹਜ਼ਰਤ ਸਿੱਦੀਕ ਅਕਬਰ ਬੈਠੇ ਤਾਂ ਨਬੀ ਪਾਕ ਕੰਧੇ ਤੇ ਹੱਥ ਰੱਖ ਕੇ ਫਰਮਾਇਆ ਜੇ ਕੱਲ ਨਾ ਮੈਂ ਮਿਲਿਆ ਤੇ ਮੇਰੇ ਸਿੱਦੀਕ ਕੋਲ ਲੈ ਜਾਣ ਹੁਣ ਪੇਂਡੂ ਬੜਾ ਰਾਜੀ ਰਾਜੀ ਮੌਲਾ ਅਲੀ ਕੋਲ ਆ ਕੇ ਖੜੇ ਤੇ ਬੈਠ ਗਿਆ ਆਪਣੇ ਫਰਮਾ ਜੀ ਕੀ ਆਖਿਆ ਆਖੇ ਨਬੀ ਪਾਕ ਨੇ ਹੁਣ ਤੇ ਗੱਲ ਪੱਕੀ ਕਰ ਹੀ ਦਿੱਤੀ ਹੈ ਹਜ਼ੂਰ ਨੇ ਫਰਮਾਇਆ ਜੇ ਕੱਲ ਅਬੂ ਬਕਰ ਨਾ ਮਿਲੇ ਤੇ ਮੇਰੇ ਉਮਰ ਕੋਲ ਲੈ ਜਾਈ ਮੌਲਾ ਅਲੀ ਫਰਮਾਉਂਦੇ ਤੂੰ ਵੀ ਉਹਨੇ ਆਖਿਆ ਜੀ ਹੁਣ ਕੀ ਹੋਇਆ ਫਰਮਾਇਆ ਫਿਰ ਜਾ ਫਿਰ ਪੁੱਛ ਕੇ ਆ ਕੇ ਯਾਰ ਸੁਣ ਲੈ ਜੇ ਕੱਲ ਉਮਰ ਵੀ ਨਾ ਮਿਲੇ ਸਾਜੋ ਵਾਕਈ ਆ ਗਿਆ ਅਲੀ ਨੇ ਦੱਸਣਾ ਸੀ ਕਿ ਮੁਹੰਮਦ ਦੇ ਬਾਅਦ ਕਿਹਦੀ ਵਾਰੀ ਹੈ ਫਿਰ ਉਹਦੇ ਬਾਅਦ ਕਿਹਦੀ ਵਾਰੀ ਹੈ ਫਿਰ ਉਹਦੇ ਬਾਅਦ ਕਿਹਦੀ ਵਾਰੀ ਉਸਮਾਨ ਕੋ ਲੈ ਜਾਈ ਮੌਲਾ ਅਲੀ ਫਰਮਾਨ ਯਾਰ ਸੁਣ ਲੈ ਜੇ ਕੱਲ ਉਸਮਾਨ ਵੀ ਨਾ ਮਿਲੇ ਨੌਜਵਾਨ ਪੇਂਡੂ ਫਿਰ ਆ ਕੇ ਮਸਜਿਦ ਨਬੀ ਦੀ ਚੌਕੜ ਪਕੜ ਲਈ ਕਹਿਣ ਲੱਗਾ ਕਮਲੀ ਵਾਲੀ ਆਜ ਕੱਲ ਸਮਾਨ ਵੀ ਨਾ ਮਿਲੇ ਮੇਰੇ ਪੈਸਿਆਂ ਦਾ ਕੀ ਬਣੇਗਾ ਨਬੀ ਕਰੀਮ ਨੇ ਬਣਾਇਆ ਪੇਂਡੂ ਕੱਲ ਆ ਜਾਈ ਮੈਂ ਦਿਆਂਗਾ ਮੈਂ ਨਾ ਮਿਲਿਆ ਮੇਰੇ ਅਬੂ ਬਕਰ ਖੁੱਲ ਲੈ ਜਾਈ ਅਬੂ ਬਕਰ ਨਾ ਮਿਲੇ ਉਮਰ ਖੁੱਲ ਲੈ ਜਾਈ ਉਮਰ ਨਾ ਮਿਲੇ ਸਮਾਨ ਖੁੱਲ ਲੈ ਜਾਈ ਜੇ ਉਹ ਸਮਾਨ ਵੀ ਨਾ ਮਿਲੇ ਫਿਰ ਉਹਦੇ ਖੁੱਲ ਲੈ ਹੁਣ ਜਿਹਨੂੰ ਸਮਝ ਆਈ ਉਹ ਬੋਲੇ ਸੁਭਾਨ ਪਾਦਰੀ ਕਹਿਣ ਲੱਗਾ ਉਹ ਤੇਰਾ ਜਿਹੜਾ ਯਾਰ ਹੈ ਉਹ ਅੱਲਾ ਦਾ ਆਖਰੀ ਨਬੀ ਹੋਵੇਗਾ ਤੇ ਤੂੰ ਆਖਰੀ ਨਬੀ ਦਾ ਪਹਿਲਾ ਖਲੀਫਾ ਹੋਵੇਗਾ ਪਤਾ ਲੱਗਿਆ
ਤਰਤੀਬ ਅੱਲਾ ਨੇ ਵੀ ਲਗਾ ਕੇ ਦਿੱਤੀ ਹੈ ਤੇ ਮੁਹੰਮਦ ਨੇ ਵੀ ਉਹੀ ਤਰਤੀਬ ਲਗਾਈ। ਉਹ ਨਬੀ ਆਖਰੀ, ਉਹ ਖਲੀਫਾ ਪਹਿਲਾ, ਉਹ ਖਲੀਫਾ ਪਹਿਲਾ। ਗ੍ਰਾਮੀ ਕਦਰ ਹਜ਼ਰਤ ਸਿੱਦੀਕ ਅਕਬਰ ਜਦੋਂ ਸੁਬਹ ਟੁਰਨ ਲੱਗੇ ਨਾ ਤੇ ਪਾਦਰੀ ਦੀਆਂ ਚੀਖਾਂ ਨਿਕਲ ਗਈਆਂ, ਰੋ ਕੇ ਕਦਮ ਫੜ ਕੇ ਗਿਆ ਲਗਾ ਸੁਣਿਆ ਤੁਰ ਵੀ ਚਲੇ ਕੋ ਕੇ ਕਹਿਣ ਲੱਗਾ ਲੱਜ ਪਾਲਾ ਪਤਾ ਨਹੀਂ ਮੇਰੀ ਜ਼ਿੰਦਗੀ ਵਫਾ ਕਰੇ ਜਾਂ ਨਾ ਕਰੇ, ਪਤਾ ਨਹੀਂ ਤੇਰੇ ਯਾਰ ਨੇ ਕਦੋਂ ਫੁੱਕਾ ਦਾ ਐਲਾਨ ਕਰਨਾ ਹੈ। ਕਹਿਣ ਲੱਗਾ ਸੁਣਿਆ ਜਦੋਂ ਮੁਹੰਮਦ ਦਾ ਕਲਾਮ ਪੜ ਲਵੇ ਜਦੋਂ ਸਾਹਬੀਏ ਰਸੂਲ ਬਣ ਜਾਵੇ ਕਦੇ ਮੇਰੀ ਯਾਦ ਗਿਰਾਵੇ ਮੇਰਾ ਮੁਹੰਮਦ ਨੂੰ ਸਲਾਮ ਕਹਿ ਦੇਵੀ ਨਾਲੇ ਅਰਜ਼ ਕਰੀ ਤਮਲੀ ਬਣਿਆ ਉਹ ਜੰਗਲਾ ਜਦੋਂ ਥਾ ਬਾਬਾ ਕਹਿੰਦਾ ਹੈ ਅੱਜ ਤੇਰਾ ਕਲਮਾ ਪੜ ਚਲਿਆ ਸੋਹਣਿਆ ਕੁਝ ਨਹੀਂ ਮੰਗਦਾ ਜਦੋਂ ਦਇਆਲਾ ਦਾ ਦਿਆੜਾ ਆਵੇ ਆਪਣੇ ਆਸ਼ਕਾਂ ਦੀ ਗਿਣਤੀ ਕਰੇ ਵਿੱਚ ਮੇਰੀ ਗਿਣਤੀ ਕਰੇ ਬਾਬੇ ਦੀਆਂ ਗੱਲਾਂ ਯਾਦ ਆਉਂਦੀਆਂ ਸਮਾਨ ਵੇਚਿਆ ਕੁਝ ਨਾ ਵੇਚਿਆ ਤੇ ਮੁੜ ਮੱਕੇ ਆ ਗਏ। ਮੱਕੇ ਦੇ ਬਾਅਦ ਅਬੂ ਜਹਲ ਮਿਲਿਆ ਤੇ ਕਹਿਣ ਲੱਗਾ ਅਬੂ ਬਕਰ ਤੈਨੂੰ ਪਤਾ ਤੇਰੇ ਬਾਅਦ ਮੱਕੇ ਕੀ ਬਣੀ? ਫਰਮਾ ਕੀ ਬਣੀ? ਫਰਿਸ਼ਤੇ ਨਾਜ਼ਿਲ ਹੁੰਦੇ ਨੇ ਤੇ ਉਹ ਤਾਂ ਸਾਰੇ ਝੂਠੇ ਨੇ, ਇੱਕ ਹੀ ਰੱਬ ਸੱਚਾ ਜਿਹੜਾ ਨਜ਼ਰੀ ਨਹੀਂ ਆਉਂਦਾ। ਉਹ ਕਹਿੰਦੇ ਨੇ ਇਨਸਾਨ ਨੇ ਮਰ ਕੇ ਦੁਬਾਰਾ ਕਿਆਮਤ ਦਿਨ ਜ਼ਿੰਦਾ ਹੋਣਾ ਹੈ, ਉਸ ਰੱਬ ਨੂੰ ਅਮਲਾਂ ਦਾ ਹਿਸਾਬ ਦੇਣਾ ਹੈ। ਤੇ ਅਬੂ ਜਾਲ ਕਹਿਣ ਲੱਗਾ ਅਬੂ ਬਕਰ ਇੱਕ ਤੂੰ ਸਿਆਣਾ ਹੈ ਇੱਕ ਮੱਕੇ ਚ ਮੈਂ ਸਿਆਣਾ ਤੇ ਮੈਨੂੰ ਸੱਚੀ ਦੱਸ ਜਿਹੜਾ ਬੰਦਾ ਮਰ ਕੇ ਮਿੱਟੀ ਚ ਮਿਲ ਜੇ ਦੁਬਾਰਾ ਜ਼ਿੰਦਾ ਹੋ ਕਿਵੇਂ ਸਕਦਾ ਹੈ? ਸਿੱਧੀ ਜੀ ਅਕਬਰ ਨੇ ਜਵਾਬ ਨੇ ਦਿੱਤਾ ਤੁਰ ਪਏ ਉੱਥੇ ਜਾ ਕੇ ਮੁੜ ਕੇ ਫਰਮਾਨ ਲੱਗੇ ਜੇ ਸੱਚੀ ਪੁੱਛੇ ਨਾ ਤੇ ਮੇਰਾ ਯਾਰ ਠੀਕ ਹੀ ਕਹਿੰਦਾ ਸੁਭਾਨ ਅੱਲਾਹ। ਅੱਲਾ ਫਰਮਾਂਦਾ ਬੰਦਾ ਤੈਨੂੰ ਮਿੱਟੀ ਚ ਬਣਾ ਕੇ ਫਿਰ ਮਿੱਟੀ ਚ ਮਿਲਾ ਕੇ ਫਿਰ ਮਿੱਟੀ ਚ ਬਣਾ ਲਵਾਂ ਹੋਇਆ ਜੋ ਖਾਲਿਕ। ਨੌਜਵਾਨ ਹਜ਼ਰਤ ਸਿੱਦੀਕ ਅਕਬਰ ਨੇ ਘਰ ਚ ਸਮਾਨ ਰੱਖਿਆ, ਦੌੜੇ ਨਬੀ ਪਾਕ ਦੇ ਘਰ ਵੱਲ, ਦਰਵਾਜ਼ਾ ਖੜਕਾਇਆ। ਅੰਮਾ ਖਦੀਜਾ ਨੇ ਪੁੱਛਿਆ ਕੌਣ? ਆਖਿਆ ਅਬੂ ਬਕਰ। ਹਜ਼ੂਰ ਕਿੱਥੇ ਨੇ? ਆਖਿਆ ਉਹ ਤੇ ਪਹਾੜ ਵੱਲ ਗਏ ਨੇ। ਹਜ਼ਰਤ ਸਿੱਦੀਕ ਅਕਬਰ ਪਹਾੜ ਵੱਲ ਆਏ ਤੇ ਉਹ ਚੋਟੀ ਤੇ ਨਬੀ ਕਰੀਮ ਬੈਠੇ। ਨੌਜਵਾਨ ਸਿੱਦੀਕ ਅਕਬਰ ਨਬੀ ਕਰੀਮ ਵੱਲ ਦੌੜਦੇ ਨੇ, ਮੇਰੇ ਆਕਾ ਨੇ ਬਾਜ਼ੂ ਫੈਲਾ ਕੇ ਆਪਣੇ ਯਾਰ ਨੂੰ ਸੀਨੇ ਨਾਲ ਲਾ ਲਿਆ। ਸਿੱਦੀਕ ਅਕਬਰ ਨੇ ਕੰਨ ਚਰਜਗੀ ਦੀ ਕਮਲੀ ਵਾਲੀ ਆ ਕਹਿੰਦਾ ਕੀ ਪਿਆ ਸੁਣਨਾ? ਫਰਮਾਇਆ ਅਬੂ ਬਕਰ ਜਵਾਬ ਸੁਣੀ ਸੱਚ ਸੁਣਿਆਈ ਅਜਗੀ ਦੀ ਸੁਣਿਆ ਜੇ ਨਬੂ ਦਾ ਐਲਾਨ ਕੀਤਾ ਗਏ ਨਬੀ ਤੇ ਮੌਜੂਦੇ ਲੈ ਕੇ ਆਉਂਦੇ ਨੇ ਜੇ ਤੁਸੀਂ ਨਬੀ ਉਹ ਮੌਜੂਦੇ ਕਿਹੜੇ ਲੈ ਕੇ ਆਏ ਹੋ? ਮੇਰੇ ਆਖਾ ਨੇ ਫਰਮਾਇਆ ਅਬੂ ਬਕਰ ਯਾਰ ਬੰਦੇ ਮੌਜੂਦੇ ਕੀ ਕਰਨੇ ਦੱਸ, ਜੰਗਲ ਵਾਲੇ ਬਾਬੇ ਦੀ ਗੱਲ ਤੂੰ ਸੁਣਾਉਣੀ ਹੈ ਤੇ ਮੈਂ ਸੁਣਾ। ਜੰਗਲਾਂ ਦੀਆਂ ਸੱਚੀਆਂ ਦੱਸਦਾ ਉਹ ਫਰਸ਼ਾਂ ਤੇ ਬਹਿ ਕੇ ਅਰਸ਼ਾਂ ਦੀਆਂ ਵੀ ਸੱਚੀਆਂ।
ਕਲਮਾ ਪੜਿਆ ਤੇ ਦੁਨੀਆ ਕਾਇਨਾਤ ਦਾ ਪਹਿਲਾ ਮੁਸਲਮਾਨ। ਡੇਰਾ ਪਖਸ਼ੀਆਂ ਵਾਲਿਓ ਤੁਹਾਨੂੰ ਮੁਬਾਰਕ ਹੋਵੇ। ਮੈਂ ਕਿਹਾ ਤੁਹਾਨੂੰ ਮੁਬਾਰਕ ਹੋਵੇ, ਤੁਹਾਡਾ ਉਹ ਅਕੀਦਾ ਜਿਹੜਾ ਦੁਨੀਆ ਦੇ ਪਹਿਲੇ ਮੁਸਲਮਾਨ ਦਾ ਅਕੀਦਾ ਸੀ। ਦੁਨੀਆ ਦਾ ਪਹਿਲਾ ਮੁਸਲਮਾਨ ਸਿੱਦੀਕ ਅਕਬਰ, ਉਹਨੇ ਚੰਨ ਟੁੱਟਦਾ ਵੇਖ ਕੇ ਕਲਮਾ ਨਹੀਂ ਪੜਿਆ, ਉਹਨੇ ਸੂਰਜ ਵੇਖ ਟੁੱਟਦਾ ਮੁੜਦਾ ਵੇਖ ਕੇ ਕਲਮਾ ਨਹੀਂ ਪੜਿਆ, ਉਹਨੇ ਦਰਖਤ ਟੁੱਟਦਾ ਵੇਖ ਕੇ ਕਲਮਾ ਨਹੀਂ ਪੜਿਆ, ਉਹਨੇ ਮੁਹੰਮਦ ਦਾ ਇਲਮੇ ਗੈਬ ਵੇਖ ਕੇ ਕਲਮਾ ਪੜਿਆ। ਪਤਾ ਚੱਲਿਆ 1500 ਸਾਲ ਬਾਅਦ ਸੁਨੀਆ ਦਾ ਉਹ ਅਕੀਦਾ ਹੈ ਜਿਹੜਾ ਦੁਨੀਆ ਦੇ ਪਹਿਲੇ ਮੁਸਲਮਾਨ ਦਾ ਅਕੀਦਾ ਸੀ। ਚਲੋ ਹੁਣ ਹੱਥ ਚੁੱਕ ਕੇ ਬੋਲੋ, ਮੈਂ ਕੁਝ ਨੀ ਕਹਿੰਦਾ। ਆਖਿਰ ਤੇ ਮੈਂ ਤੁਹਾਨੂੰ ਗੱਲ ਬਸ ਤਿੰਨਾਂ ਚੌਵਾਂ ਯਾਰਾਂ ਦੀ ਇਕੱਠੀ ਇੱਕ ਸੁਣਾ ਦੇਵਾਂ ਤਾਂ ਕਿ ਸਾਡਾ ਮੌਜੂ ਮੁਕੰਮਲ ਹੋ ਜਾਏ। ਹੱਕ ਚਾਰ ਯਾਰ ਜਿਹੜਾ ਮੈਂ ਮੌਜੂ ਸ਼ੁਰੂ ਕੀਤਾ ਸਵਾਲ ਕਰੀਏ ਤੋ ਬਗੈਰ ਸੋਚਣੀ ਜਵਾਬ ਦੇ ਦੇਣਾ ਹੈ ਆਪਨੇ ਫਰਮਾਇਆ ਹਾਂਜੀ। ਕਹਿਣ ਲੱਗਾ ਅਲੀ ਤੂੰ ਸੋਚਦਾ ਕਿਉਂ ਨਹੀਂ? ਮੌਲਾ ਅਲੀ ਨੇ ਫਰਮਾਇਆ ਮੈਂ ਕਿਉਂ ਸੋਚਣਾ ਹੈ? ਮੌਲਾ ਅਲੀ ਸੋਚਦੇ ਨਹੀਂ ਸਨ ਨਾ। ਕਹਿਣ ਲੱਗਾ ਸੋਚਦਾ ਕਿਉਂ ਨਹੀਂ? ਮੌਲਾ ਅਲੀ ਨੇ ਫਰਮਾਇਆ ਤੇਰੇ ਹੱਥ ਦੀਆਂ ਉਂਗਲੀਆਂ ਕਿੰਨੀਆਂ ਨੇ? ਕਹਿਣ ਲੱਗਾ ਅਲੀ 5 ਉਂਗਲੀਆਂ ਨੇ। ਮੌਲਾ ਅਲੀ ਨੇ ਫਰਮਾਇਆ ਤੂੰ ਕਿਉਂ ਨਹੀਂ ਸੋਚ ਕੇ ਜਵਾਬ ਦਿੱਤਾ? ਕਹਿਣ ਲੱਗਾ ਸੋਚਣ ਦੀ ਲੋੜ ਹੀ ਕੋਈ ਨਹੀਂ, ਹਰ ਵੇਲੇ ਹੱਥ ਸਾਹਮਣੇ ਰਹਿੰਦਾ ਏ, ਮੈਨੂੰ ਪਤਾ ਉਂਗਲੀਆਂ ਪਾਗੀਆਂ ਦੀਆਂ ਨੇ। ਮੌਲਾ ਅਲੀ ਨੇ ਫਰਮਾਇਆ ਕਾਇਨਾਤ ਅਲੀ ਦੇ ਸਾਹਮਣੇ ਰਹਿੰਦੀ ਹੈ। ਹੁਣ ਜਿਹੜਾ ਮੌਲਾ ਅਲੀ ਦਾ ਮੁਰੀਦ ਦੋਵੇਂ ਹੱਥ ਖੜੇ ਕਰਦਾ ਬਾਈ, ਜਿਹਦਾ ਪੀਰ ਅਲੀ ਇੱਥੇ ਯਾਦ ਰੱਖਿਓ, ਮੈਂ ਵੇਖਣਾ ਕਿੰਨਾ ਨੇ ਖੜਾ ਕੀਤਾ, ਇੱਥੇ ਹੀ ਹੱਥ ਰੱਖਿਆ। ਹੁਣ ਸਾਰੇ ਮਿਲ ਕੇ ਮੇਰੇ ਨਾਲ ਪੜੀਏ, ਅਹਲੇ ਨਜ਼ਰ ਕੀ ਆਖਦਾ।